ਪਿਆਰ ਦੇ ਨਾਲ ਮਾਪੇ ਦਾ ਕੰਮ ਹੈ ਬੱਚੇ ਦਾ ਵਿਆਹ ਦੇਣਾ ਅਤੇ ਪਤੀ ਦਾ ਕੰਮ ਹੈ ਜੇ ਵਿਆਹ ਕੇ ਲਿਆਉਂਦਾ ਹੈ ਤਾਂ ਤੂੰ ਵਫ਼ਾਦਾਰ ਬਣ ਵਫ਼ਾਦਾਰੀ ਦਿਖਾ ਆਪਣੀ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਵਿਆਹ ਕਰਵਾਇਆ ਕਬੀਰ ਸਾਹਿਬ ਨੇ ਵੀ ਬੜਾ ਉੱਚਾ ਵਿਆਹ ਕਰਾਇਆ ਇਹਨੇ ਵੀ ਨੀਵਾਂ ਕਰਾਇਆ ਜੀਵਨ ਐਵੇਂ ਨਹੀਂ ਬਣਦਾ ਜੀਵਨ ਬਣਾਇਆ ਬਣਦਾ ਕਈ ਵਾਰੀ ਅਸੀਂ ਜੀਵਨ ਬਣਾ ਕੇ ਅਸੀਂ ਜੀਵਨ ਦੇ ਤੁਲ ਨਹੀਂ ਖੜੇ ਹੋਏ ਜੀਵਨ ਕਿਵੇਂ ਬਣੇ ਭਾਈ ਕਈ ਵਾਰੀ ਅਸੀਂ ਉਸ ਜੀਵਨ ਦੇ ਤੁਲ ਹੋ ਜਾਂਦੇ ਹਾਂ ਪਰ ਅਸੀਂ ਕੀ ਹੈ ਅਸੀਂ ਦੂਜੇ ਪਾਸੇ ਚੱਲ ਪੈਂਦੇ ਕਿਉਂਕਿ ਦੂਜੇ ਪਾਸੇ ਉਹ ਹੀ ਚੱਲਦਾ ਜਿਹਨੂੰ ਗੁਰੂ ਦਾ ਪਤਾ ਹੀ ਨਹੀਂ ਕਿਉਂਕਿ ਗੁਰੂ ਦਾ ਪਤਾ ਲਾਉਣ ਵਾਸਤੇ ਬਹੁਤ ਸਿਮਰਨ ਭਗਤੀ ਦੀ ਲੋੜ ਹੈ ਕਈ ਵਾਰੀ ਅਸੀਂ ਭਗਤੀ ਕਰਦੇ 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 ਇੰਨਾ ਕੁਰਾਹੇ ਰਸਤੇ ਪੈ ਜਾਂਦੇ ਹਾਂ ਅਸੀਂ ਮਾੜੀ ਦੀ ਪ੍ਰਾਪਤੀ ਕਰਕੇ ਸੰਤ ਬਣ ਜਾਂਦੇ ਹਾਂ ਸਾਧ ਸੰਗਤ ਲਈ ਇਹ ਗੱਲ ਜੀਤ ਦੇ ਬਿਨਾਂ ਲਿਓ ਕਦੇ ਵੀ ਨਾ ਗੱਲ ਲਿਓ ਕਿ ਮੈਂ ਸੰਤ ਬਣ ਜਾਂਦਾ ਸੇਵਕ ਬਣੋ ਸੇਵਕਾਂ ਦੇ ਸੇਵਕ ਬਣੋ ਫਿਰ ਵੀ ਸੰਤ ਬਣਦੇ ਬਣਦੇ ਬੰਦਾ ਕਿਹੜੇ ਪਾਸੇ ਚੱਲ ਪੈਂਦਾ ਕਈ ਵਾਰ ਤੁਹਾਨੂੰ ਇਸ ਗੱਲ ਨੂੰ ਸਮਝਦਾ ਹੀ ਨਹੀਂ ਕਿ ਮੈਂ ਕੋਈ ਜੀਵਨ ਦੇ ਵਿੱਚ ਖੱਟਣ ਨਹੀਂ ਆਇਆ ਮੈਂ ਕੁਛ ਖੱਟ ਲਵਾਂ ਸਤਸੰਗ ਜੀ ਇਸ ਗੱਲ ਦਾ ਪਤਾ ਉਦੋਂ ਲੱਗੇਗਾ ਕਿਉਂਕਿ ਅਸੀਂ ਕਦੇ ਵਿਚਾਰ ਵੀ ਨਹੀਂ ਕੀਤੀ ਅਤੇ ਅਸੀਂ ਇਸ ਗੱਲ 'ਤੇ ਵੀ ਉਪੜਨਾ ਸਤਸੰਗ ਕਈ ਵਾਰੀ ਹੁਣ ਆਪਣੇ ਆਪ ਨੂੰ ਭੁੱਲ ਜਾਂਦਾ ਆਪਣੇ ਆਪ ਨੂੰ ਵਿਚਾਰਦਾ ਨਹੀਂ ਵਿਚਾਰ ਇਸ ਕਰਕੇ ਨਹੀਂ ਸਕਿਆ ਤੁਹਾਨੂੰ ਵਿਚਾਰ ਦਾ ਪਤਾ ਹੀ ਨਹੀਂ ਲੱਗਦਾ ਕਿਉਂਕਿ ਪਤਾ ਉਦੋਂ ਲੱਗਦਾ ਹੈ ਕਈ ਵਾਰੀ ਅਸੀਂ ਵਿਚਾਰ ਤੋਂ ਬੜੇ ਵਾਂਝੇ ਰਹਿ ਜਾਂਦੇ ਫਿਰ ਅਸੀਂ ਵਿਚਾਰ ਮਾਰੇ ਤਲੇ ਤਰੇ ਉਲਟ ਦੌੜਨਾ ਆਈ ਗਏ ਅਸੀਂ ਉਲਟ ਦੌੜਨ 'ਚ ਚਲੇ ਜਾਂਦੇ ਹਾਂ ਸਤਸੰਗ ਜੀ ਪਿਆਰ ਦੇ ਨਾਲ ਅਸੀਂ ਸਾਰਿਆਂ ਨੇ ਇਹ ਜਾਪ ਕਰਨੇ ਨੇ ਇਹਨਾਂ ਚੀਜ਼ਾਂ ਨੂੰ ਅਸੀਂ ਤੁਹਾਨੂੰ ਇੱਕ ਹੋਕਾ ਦੇਣ ਵਾਸਤੇ ਆਏ ਹਾਂ ਕਿਸੇ ਹੋਕੇ ਦਾ ਤੁਸੀਂ ਇੱਕ ਅੰਦਾਜ਼ਾ ਲਾ ਲਓ ਸਾਨੂੰ ਕਰਨਾ ਕੀ ਹੈ ਅੱਜ ਗੁਰੂ ਬਾਣੀ ਦੀ ਤੁਹਾਡੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਤੁਸੀਂ ਬੜੇ ਪਿਆਰ ਦੇ ਨਾਲ ਸੁਣ ਕੇ ਆਪਣਾ ਜੀਵਨ ਦਾ ਸੁਧਾਰ ਕਰੋ ਨਾਨਕ ਜੇ ਵਿੱਚ ਰੂਪਾ ਹੋਵੇ ਜਪੋ ਨਾਨਕ ਜੇ ਵਿੱਚ ਰੂਪਾ ਹੋਵੇ ਖਰਾ ਖਰਾ ਆਖੇ ਸਭ ਹੋਏ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਹੋਏ ਸਾਰੇ ਕਹਿੰਦੇ ਆ ਅੱਜ ਬੜੇ ਸਾਰੇ ਆ
पार्टी बैठ रहा है उन लोगों की पांच सबसे में तो पहला उसे सिर से तीन चार के उसे खेमा करके पैर मार के फिर उन्हें बिठावांगे फिर भी क्या दो ही बार कितने में पार्टी सिर चुका एक एक पार्टी ने तो इनका किसान है तो पांच पांच किसान है पाले किसान है भी क्या है तो वो होते तले पालो वाली बात क्या है पामना बे दिया मुकाए जो भी जुगल संगठन है दोबारा फिर मंगना आया मान सोचा
जिसकी ज्ञान मौत होगी ये लाश थी वो जिसकी जिंदगी रहेगी कैसी जिंदगी रहेगी अंतर लम्बा प्यार जो अंतिम कदम लगे एक लाश जली दरवाजे दी चिलार खाना लग गई कैसे दिए चिलार खाना लाश आठ जाए कैसे वो चिलार को बंद दे हो क्या और क्या लगी कैसे और मालिक क्या है लेकिन वो चिलार किसको बनाओगे दी लाश आप हो एक ब्याह करके पावन कितनी मजबूरी आ गई किसी और का दोस्त करने हो जिद करता तानों से नहीं कितना भी पति बदतर है आप ने जाते सुनवाए गए पति तो होते हुए ਕਿ ਮੈਂ ਵਿਆਹ ਕਰਾਵੇ ਨਾ
मेरे राम राम